सभी लोग बहुत बढ़िया हो गए। थैंक यू सो मच जी सबका लवली रिस्पांस के लिए वीडियोस पे। आज की वीडियो में स्पेशली लुधियाने आया जी बिरला ऑटोस पे पाजी बस। पाजी क्या हाल है जी? बहुत ही जी खुशी है। ठीक हो जी? बहुत ही। पाजी के पास आया बहुत सारा स्टॉक, खुला स्टॉक आपको दिखाने लगा गाड़ियों का। पाजी पहले सबको छोटी सी अपनी इंट्रोडक्शन दे दो प्लीज जरा। सर साडा बिरला ऑटो साडी फर्म है, बिरला ऑटो शहर लुधियाने दे विच है जी। शहर लुधियाने दे विच फिरोजपुर रोड दे उत्ते ए वाली चौंक दे विच बिग कार बियर, बिग कार बियर दे विच तुहाडा अपना सारयां दा बिरला ऑटो। बिरला ऑटो तुहाडा सारयां दा स्वागत करदा जी। मैनूं बहुत खुशी हुई तुहानूं मिल के, तुहाडी वीडियोज़ देख के मैनूं खुशी हुई है। होप करदा कि तुहाडी वीडियोज़ बहुत वधिया चलन। बिलकुल जी। बाकी व्यूअर्स नूं वधिया तों वधिया स्कीम ते वधिया ते वधिया ऑफर देवांगे तुहाडी वीडियो दे जरिए जिहड़ा आऊगा। पर स्कीम तां ही वैलिड होगी जे तुसीं उहदा वीडियो नूं शेयर करके उहदा स्क्रीनशॉट लै के आओगे, तां ही तुहानूं असीं कुछ ना कुछ स्कीम वधिया देवांगे। चलो ठीक है जी, आज आपको हर तरह की गाड़ी दिखाएंगे हम, बड़ा सेगमेंट भी दिखाएंगे हम, छोटा सेगमेंट भी दिखाएंगे, क्योंकि हर चीज में डील करते हैं। तो वीडियो भी जी शुरू करते हैं, जेड़े जेड़े चैनल पे नए हैं प्लीज चैनल को सब्सक्राइब करना, वीडियो को लाइक करना। तो भाई करें शुरू जी, पाजी के पास आ गया है। ते पाजी अब बताओ केड़ी जगह शुरू करें? सर पहला सब तो पहला हॉट सेलिंग प्रोडक्ट है क्रेटा, क्रेटा बिल्कुल जी ऑलवेज ऑन डिमांड रहती है। हॉट सेल आगे भी रहेगी क्योंकि इसकी वजह से स्मूथ गाड़ी कोई नहीं है। जदों दी 2015 तो लॉन्च हुई है, 15 तो लेके टिल डेट तक ऑलवेज ही ऑन वेटिंग है, ते हर एक बारी कस्टमर दी ऑन डिमांड है। बिल्कुल जी। सर पहला मेरे को पहली दा तिन्ने ਇਹਦੇ ਚ ਹੈਗੇ ਨੇ, ਠੀਕ ਹੈ। ਇਹ ਜਿਹੜਾ ਰੀਸੈਂਟ ਦੀ ਸ਼ੇਪ ਆ ਉਹ ਸ਼ੇਪ ਆ ਜੀ, ਜਿਹੜੀ ਹੁਣ ਆ ਰਹੀ ਹੈ 2022 ਦੇ ਵਿੱਚ। ਪਹਿਲੇ ਵਾਲੀ ਵੀ ਹੈਗੀ ਆ? ਪਹਿਲੀ ਵਾਲੀ ਵੀ ਹੈਗੀ ਆ, ਸੈਕਿੰਡ ਜਨਰੇਸ਼ਨ ਵੀ ਹੈਗੀ, ਥਰਡ ਜਨਰੇਸ਼ਨ ਵੀ ਹੈਗੀ ਆ। ਠੀਕ ਹੈ ਜੀ। ਤਿੰਨੇ ਜਨਰੇਸ਼ਨ ਸਾਡੇ ਕੋਲ ਕ੍ਰੇਟਾ ਆ। ਠੀਕ ਹੈ। ਅਬ ਕਸਟਮਰ ਕੀ ਡਿਮਾਂਡ ਆ ਉਸਕੋ ਕੀ ਚਾਹੀਏ? ਉਹ ਕਿਹੜੀ ਚਾਹੀਦੀ? ਠੀਕ ਹੈ ਜੀ। ਹੁਣ ਪਹਿਲਾਂ ਤੁਹਾਨੂੰ ਮੈਂ ਦਿਖਾਉਂਗਾ ਸਰ, ਇਹ 2022 ਮਾਡਲ 2020 ਮਾਡਲ ਹੈ ਜੀ। 20 ਮਾਡਲ ਦੇ ਵਿੱਚ ਨਵੀਂ ਸ਼ੇਪ ਦੇ ਵਿੱਚ ਆਈ, 20 ਦੇ ਵਿੱਚ ਨਿਊ ਸ਼ੇਪ ਆ ਗਈ ਸੀ। ਠੀਕ ਹੈ ਜੀ। ਜਿਹੜੀ SX ਆਪਸ਼ਨਲ ਆ, SX ਆਪਸ਼ਨਲ ਦੇ ਵਿੱਚ ਡੀਜ਼ਲ ਫਿਊਲ ਦੇ ਵਿੱਚ ਆ ਜੀ। ਓਕੇ ਜੀ। ਮੈਨੂਅਲ ਟਰਾਂਸਮਿਸ਼ਨ ਆ ਜਿਹਦੇ ਵਿੱਚ SX ਆਪਸ਼ਨਲ ਚ ਵੈਂਟੀਲੇਟਡ ਸੀਟਸ ਤੁਸੀਂ ਦਿਖਾ ਸਕਦੇ ਹੋ ਵਿਊਅਰਸ ਨੂੰ। ਓਕੇ। ਵੈਂਟੀਲੇਟਡ ਸੀਟਸ ਆਉਂਦੇ ਆ ਡਰਾਈਵਰ ਤੇ ਕੋਡਕ ਡਰਾਈਵਰ ਵਾਸਤੇ। ਠੀਕ ਹੈ। ਪੈਨੋਰਾਮਿਕ ਸਨਰੂਫ ਆ ਜਾਂਦਾ ਜੀ। ਠੀਕ ਹੈ। ਸਿਰਫ ਤੇ ਸਿਰਫ 30000 ਕਿਲੋਮੀਟਰ ਕਾਰ ਚੱਲਦੀ ਹੈ। ਜਸਟ 30000। ਮਤਲਬ ਗਾੜੀ ਗਰਮ ਹੀ ਹੋਈ ਹੈ ਬਸ। ਠੀਕ ਹੈ। ਆਲ ਓਰੀਜਨਲ ਕਾਰ ਆ, ਇਵਨ ਕਿ ਇਹਦੇ ਬੰਪਰ ਵੀ ਰੀਪੇਂਟ ਨਹੀਂ ਹੈਗੇ। ਓਕੇ। ਗਰੰਟੀ ਬਾਜੀ 100% ਕੋਈ ਚੈੱਕ ਕਰਾ ਸਕਦਾ ਵਿਦ ਦ ਰਿਟਰਨ? ਠੀਕ ਹੈ। ਪੇਂਟ ਦੀ ਗਰੰਟੀ? ਠੀਕ ਹੈ ਜੀ। ਵਿਦ ਰਿਟਰਨ ਕਿਲੋਮੀਟਰ ਦੀ ਗਰੰਟੀ? ਠੀਕ ਹੈ। ਇੰਜਨ ਤੇ ਗੇਅਰ ਦੀ ਟਰਾਂਸਮਿਸ਼ਨ ਦੀ ਹਰੀ ਚੀਜ਼ ਦੀ ਤੁਹਾਨੂੰ ਵਿਦ ਰਿਟਰਨ ਗਰੰਟੀ ਤੋਂ। ਚਲੋ ਠੀਕ ਹੈ ਜੀ। ਅਗੇ ਟਾਇਰਸ ਕੀ ਕੰਡੀਸ਼ਨ ਦੇਖ ਲਓ, ਬ੍ਰੈਂਡ ਨਿਊ ਕੰਡੀਸ਼ਨ ਟਾਇਰਸ ਕੀ? ਯੂਜ਼ ਵੀ ਨਹੀਂ ਹੋਏ, ਸਿਰ ਕਮ ਹੀ ਯੂਜ਼ ਹੋਇਆ ਅਭੀ ਤੋਂ। ਬ੍ਰੈਂਡ ਨਿਊ ਕਾਰ ਆ ਸਰ, ਜਸਟ ਇਹ 1 ਸਾਲ ਦੀ ਤੁਸੀਂ ਲੈ ਜ਼ਰੂਰ ਸੈਕਿੰਡ ਹੈਂਡ ਰਹੇ ਹੋ, ਪਰ 1 ਸਾਲ ਦੀ ਨੈਕਸਟ ਟੂ ਸ਼ੋਰੂਮ ਕੰਡੀਸ਼ਨ ਕਾਰ ਆ। ਠੀਕ ਹੈ। ਭਾਜੀ ਕੋਈ ਆਪਣਾ ਮਕੈਨਿਕ ਲਾ ਕੇ ਚੈੱਕ ਕਰਾ ਸਕਦਾ ਗਾੜੀ? ਭਾਜੀ ਤੁਸੀਂ ਮਕੈਨਿਕ ਨੂੰ ਛੱਡੋ, ਏਜੰਸੀ ਲੈ ਜਾਓ। ਠੀਕ ਹੈ। ਸਕੈਨ ਕਰਾਓ, ਤਸੱਲੀ ਕਰਾਓ, ਫਿਰ ਆ ਕੇ ਪੇਮੈਂਟ। ਪੱਕੀ ਬਾਤ। ਨੰਬਰ ਤਾਂ ਮੈਂ ਕਿਸੇ ਕਾਰ ਦਾ ਹਾਈਡ ਨਹੀਂ ਕਰਦਾ, ਮੈਂ ਕਦੀ OLX ਤੇ ਤੇਰੀ ਵੀਡੀਓ ਦੇ ਵਿੱਚ ਕਦੇ ਮੈਂ ਨੰਬਰ ਦੀ ਆਪਣੀ ਬਿਰਲਾ ਆਟੋਸ ਦੀ ਰੇਟ ਨਹੀਂ ਲਗਾਉਂਦਾ। ਠੀਕ ਹੈ ਜੀ। ਰੀਜ਼ਨ ਇਹ ਹੁੰਦਾ ਕਿ ਆਉਣ ਤੋਂ ਪਹਿਲਾਂ ਵਿਊਅਰਸ ਆਪਣਾ ਨੰਬਰ ਚੈੱਕ ਕਰਕੇ ਏਜੰਸੀ ਤੋਂ ਵਿੱਚ ਚੈੱਕ ਕਰਾ ਸਕਦੇ ਹੈ। ਤੇ ਭਾਜੀ ਅਬ ਕੀ ਡਿਮਾਂਡ ਜੀ ਇਸਕੀ? ਇਹ ਸਰ ਦੇ ਦਾਂਗੇ ਤੁਹਾਨੂੰ 16,30,000 ਦੇ ਵਿੱਚ। ਠੀਕ ਹੈ। ਭਾਈ ਨੈਗੋਸ਼ੀਏਬਲ ਔਨ ਟੇਬਲ ਵਿਦਆਊਟ ਐਨੀ ਕਮਿਸ਼ਨ? ਠੀਕ ਹੈ। ਨਹੀਂ ਤਾਂ ਕਈ ਵਾਰ ਕੀ ਹੁੰਦਾ, ਅਗਲਾ ਡੀਲ ਕਰ ਲੈਂਦਾ, ਡੀਲ ਤੋਂ ਬਾਅਦ ਅਗਲਾ ਕਹਿੰਦਾ ਜੀ 1% ਕਮਿਸ਼ਨ, 2% ਕਮਿਸ਼ਨ। ਹਾਂਜੀ ਹਾਂਜੀ। ਐਕਸਟਰਾ ਚਾਰਜਸ ਉਹ ਤਾਂ ਪੈਣੇ ਹੀ ਪੈਣੇ ਆ, ਮੈਂ ਕੋਈ ਐਕਸਟਰਾ ਚਾਰਜਸ ਨਹੀਂ, ਕੋਈ ਹਿਡਨ ਚਾਰਜਸ ਨਹੀਂ। ਨੈਟ ਜੋ ਹੈ ਸਿੰਪਲ ਤੋਂ ਸਿੰਪਲ 16,30,000 ਦੇ ਵਿੱਚ ਵਿਦ ਆਰਸੀ ਟ੍ਰਾਂਸਫਰ। ਠੀਕ ਹੈ ਜੀ। ਕੋਈ ਮੈਂ ਹਿਡਨ ਚਾਰਜਸ ਨਹੀਂ ਲੈਂਦਾ, ਕੋਈ ਮੈਂ ਆਰਸੀ ਟ੍ਰਾਂਸਫਰ ਨਹੀਂ ਲੈਂਦਾ, ਕੋਈ ਮੈਂ ਕਮਿਸ਼ਨ ਨਹੀਂ ਪਾਉਂਦਾ। ਠੀਕ ਹੈ ਭਾਜੀ। ਨੈਗੋਸ਼ੀਏਬਲ ਪ੍ਰਾਈਸ ਰਹੇਗਾ? ਲਿਟਲ ਬਿਟ। ਚਲੋ ਲਿਟਲ ਬਿਟ, ਥੋੜਾ ਬਹੁਤਾ ਮਾਨ ਜਿਹੜਾ ਤੁਹਾਡੇ ਵੀਡੀਓਸ ਦੇ ਜਰੀਏ ਆਊਗਾ, ਬਸ ਸਿਰਫ ਉਹਨਾਂ ਨੂੰ। ਠੀਕ ਹੈ ਜੀ। ਹਾਂਜੀ। ਅੱਗੇ ਚੱਲਦੇ ਜੀ, MG ਐਕਟਰ, ਵਨ ਆਫ ਦ ਲੇਟੈਸਟ ਟ੍ਰੈਂਡਿੰਗ ਗਾੜੀਸ ਕੋ ਬੋਲ ਦਿੰਦੇ ਆ ਸਰ। ਇਹ ਤਾਂ ਇੱਕ ਹਿਸਾਬ ਦਾ ਇਹਨੂੰ ਇਹ ਕਹਿ ਲਓ ਕਿ ਜਮਦੂਦ ਦਾ ਝੋਟਾ ਜੀ। ਠੀਕ ਹੈ ਜੀ। ਬਲੈਕ ਬਿਊਟੀ ਫੋਰਐਵਰ ਡਿਮਾਂਡ। ਬਿਲਕੁਲ। ਸਭ ਤੋਂ ਵੱਡੀ ਗੱਲ ਆ ਸ਼ਾਰਪ ਐਡੀਸ਼ਨ ਦਾ, ਸ਼ਾਰਪ ਦੇ ਵਿੱਚ ਇਹਦੇ ਵਿੱਚ ਬਿਲਕੁਲ ਦੋਨੋਂ ਇਲੈਕਟ੍ਰੋਨਿਕ ਸੀਟਸ ਆ ਜਾਂਦੀ ਹੈ, ਡਰਾਈਵਰ ਤੇ ਕੋਡਰੈਂਟਰ। ਠੀਕ ਹੈ ਜੀ। ਇਹਦੇ ਵਿੱਚ ਵੀ ਪੈਨੋਰਾਮਿਕ ਸਨਰੂਫ ਆ ਜਾਂਦਾ, ਸਨਰੂਫ ਆਲ ਬਲੈਕ ਇੰਟੀਰੀਅਰ ਮਿਲ ਜਾਂਦਾ ਆਪਕੋ, ਪ੍ਰੋਪਰਲੀ ਵਧੀਆ ਵਾਲਾ ਹੈਲੋ ਐਮਜੀ ਵਾਲੇ ਫੀਚਰ ਸਾਰੇ ਆ ਜਾਣਗੇ ਸਾਰੇ ਜੀ ਸਾਰੇ। ਸਭ ਤੋਂ ਵੱਡੀ ਗੱਲ ਆ ਇਹ ਸਿਰਫ ਤੇ ਸਿਰਫ 12,000 ਕਿਲੋਮੀਟਰ, ਬਸ 12,000, ਸਿਰਫ 12,000 ਪੈਟਰੋਲ ਦੇ ਵਿੱਚ। ਪੈਟਰੋਲ ਜੀ ਹੈਕਟਰ ਇੰਸ਼ੋਰੈਂਸ ਇਹਦੀ ਹਲੇ ਕੱਲ ਹੋਈ ਆ, ਡੈਪ ਕੈਪ ਇੰਸ਼ੋਰੈਂਸ ਪੂਰੇ ਸਾਲ ਦੀ ਮਿਲਣ ਵਾਲੀ ਆ, ਪੂਰੇ ਸਾਲ ਕੀ ਆ, ਪੂਰੇ ਸਾਲ ਦੀ ਪਲੱਸ ਪੇਡ ਨੰਬਰ ਲੁਧਿਆਣੇ ਦਾ। ਚਲੋ ਪੇਡ ਨੰਬਰ ਲੁਧਿਆਣਾ 00 00 ਪੇਡ ਨਹੀਂ, ਇਹਦੇ ਬੰਪਰ ਵੀ ਓਰੀਜਨਲ ਨੇ। ਓਰੀਜਨਲ ਆ
ਇਹਦੀ ਕਿਲੋਮੀਟਰ ਦੀ ਬੰਪਰ ਦੀ ਇਹਦੀ ਵੀ 100% ਦੀ ਗਰੰਟੀ ਜੀ ਠੀਕ ਇਹ ਜਿਹੜੇ ਅੱਜ ਰੇਟ ਤੇ ਦੇ ਰਹੇ ਆ ਤੁਸੀਂ ਪੰਜਾਬ ਦੇਖ ਲਓ OLS ਸਰਚ ਮਾਰ ਲਓ ਜੋ ਮਰਜ਼ੀ ਸਰਚ ਕਰ ਲਓ ਸੇਮ ਕੰਡੀਸ਼ਨ ਚ ਨਹੀਂ ਮਿਲੇਗੀ ਗਰੰਟੀ ਠੀਕ ਹੈ ਜੀ ਕੀ ਵਾਜੀ ਡਿਮਾਂਡ ਪ੍ਰਾਈਸ ਇਹ ਸਰ ਤੁਹਾਨੂੰ ਦੇ ਦਾਂਗੇ ਜੀ 15 ਲੱਖ ਤੇ 40000 ਦੇ ਵਿੱਚ 15 ਲੱਖ 40000 ਤੇ ਭਾਜੀ ਥੋੜਾ ਬਹੁਤ 12000 ਚੱਲੀ ਕਿ ਨਹੀਂ ਇਹ ਨੈਗੋਸ਼ੀਏਬਲ ਨਹੀਂ ਇਹ ਫਾਈਨਲ ਪ੍ਰਾਈਸ ਰਹੇਗਾ ਇਹ ਫਾਈਨਲ ਪ੍ਰਾਈਸ ਤੇ ਬਹੁਤ ਵਧੀਆ ਕੰਡੀਸ਼ਨ ਵਿੱਚ ਜਸਟ 12000 ਚੱਲੀ ਹੈ ਹੋਈ ਕੁਝ ਨਹੀਂ ਹੈ ਬਲੈਕ ਕਲਰ ਟ੍ਰੈਂਡਿੰਗ ਕਲਰ ਹੈ ਇਹਨੂੰ ਸਰ ਤੁਸੀਂ ਬੁਕਿੰਗ ਵੀ ਕਰਾ ਸਕਦੇ ਹੋ ਆਨਲਾਈਨ ਬੁਕਿੰਗ ਦੀ ਵੀ ਆਫਰ ਹੈਗੀ ਹੈ ਪਲੱਸ ਸਾਡੇ ਕੋਲ ਹੋਮ ਡਿਲੀਵਰੀ ਦੀ ਵੀ ਆਫਰ ਹੈਗੀ ਠੀਕ ਹੈ ਜੀ ਜੇ ਤੁਸੀਂ ਚਾਹੁੰਦੇ ਹੋ ਕਿ ਹਾਂ ਮੈਂ ਘਰੇ ਤੁਹਾਨੂੰ ਸਿੱਧਾ ਹੋਮ ਡਿਲੀਵਰੀ ਦੀ ਆਪਸ਼ਨ ਦੇ ਦਾਂ ਅਵੇਲੇਬਲ ਹੋ ਜੇਗਾ ਹਾਂਜੀ ਠੀਕ ਹੈ ਭਾਜੀ ਅੱਗੇ ਫਿਰ ਦੱਸੋ ਕੀ ਕਰੇ ਹੁਣ ਆਜੋ ਸਰ ਕ੍ਰੇਟਾ ਚਲੋ ਕ੍ਰੇਟਾ ਹਮਾਰੇ ਪਾਸ ਹਰ ਇੱਕ ਸੈਗਮੈਂਟ ਖੜਾ ਹੈ ਪਹਿਲੇ ਵੀ ਬਤਾਇਆ ਪੁਰਾਣੀ ਵਾਲੀ ਸੀ ਇਹ ਸੈਕਿੰਡ ਜਨਰੇਸ਼ਨ ਆ ਜੀ ਇਹ ਸੈਕਿੰਡ ਆ ਗਈ ਹਾਂਜੀ ਇਹ ਸੈਕਿੰਡ ਜਨਰੇਸ਼ਨ ਆ ਜਿਹਦੇ ਵਿੱਚ ਗ੍ਰਿਲ ਵੱਡੀ ਆ ਗਈ ਬਿਲਕੁਲ ਜੀ ਲਾਈਟਾਂ ਚੇਂਜ ਹੋ ਜਾਂਦੀਆਂ ਥੋੜੀ ਬਹੁਤ ਆਪਾਂ ਬੰਪਰ ਵੀ SX ਆਪਸ਼ਨ ਵਾਲਾ ਕ੍ਰੇਟਾ ਸਾਡੇ ਕੋਲ ਫਸਟ ਜਨਰੇਸ਼ਨ ਸੈਕਿੰਡ ਜਨਰੇਸ਼ਨ ਤੇ ਥਰਡ ਜਨਰੇਸ਼ਨ ਤਿੰਨੇ ਹੀ ਸਭ ਤੋਂ ਟੌਪ ਐਂਡ ਵੇਰੀਐਂਟ ਹੈਗੇ ਨੇ ਠੀਕ ਹੈ ਜੀ ਇਹ ਵੀ SX ਆਪਸ਼ਨ ਵਾਲਾ ਜੀ ਓਕੇ ਲੁਧਿਆਣੇ ਦਾ ਨੰਬਰ ਆ ਇਹਦਾ ਵੀ ਪੇਡ ਨੰਬਰ ਆ ਜੀ ਬਿਲਕੁਲ ਨੰਬਰ ਬਹੁਤ ਪਿਆਰਾ ਫੁੱਲ ਇੰਸ਼ੋਰੈਂਸ ਆ ਕੋਈ ਵੀ ਪੀਸੇ ਦਾ ਪੇਂਟ ਨਹੀਂ ਹੈਗਾ ਜੀ ਸਾਰੀ ਜੈਨੂਨ ਕਾਰ ਆ ਜਿਹਦਾ ਪੀਸ ਪੇਂਟ ਹੋਊਗਾ ਵੀ ਮੈਂ ਕਸਟਮਰ ਨੂੰ ਦੱਸ ਕੇ ਦਊਂਗਾ ਕਿ ਇਹਦਾ ਆਹ ਚੀਜ਼ ਪੇਂਟ ਆ ਇਹਦਾ ਚਾਹ ਪੇਂਟ ਇਹਦੇ ਵਿੱਚ ਅਗਲਾ ਤੇ ਪਿਛਲਾ ਬੰਪਰ ਪੇਂਟ ਆ ਠੀਕ ਹੈ ਬੰਪਰ ਤੋਂ ਇਲਾਵਾ ਹੋਰ ਕੋਈ ਪੀਸ ਪੇਂਟ ਕੋਈ ਪੀਸ ਪੇਂਟ ਨਹੀਂ ਹੋਗਾ ਤਾਂ ਜੋ ਵੀ ਚੀਜ਼ ਹੈ ਆਪਕੋ ਭਈਆ ਜੋ ਹੈ ਬਤਾ ਕੇ ਦੇਣਗੇ ਪ੍ਰੋਪਰ ਚੀਜ਼ ਕੋ ਲਿਖ ਕੇ ਦੇਣਗੇ ਫਰੰਟ ਵਿੰਡਸ਼ੀਲਡ ਤੱਕ ਦੇ ਨਾਲ ਦੀ ਹੈ ਠੀਕ ਹੈ ਜੀ ਨਾਲ ਦੀ ਹੈ ਥੋੜੀ ਗੱਲ ਹੈ ਠੀਕ ਹੈ ਬਾਕੀ ਆਪ ਲਾ ਕੇ ਏਜੰਸੀ ਮੇਂ ਲੈ ਜਾਓ ਬੰਦਾ ਲੈ ਆਓ ਜੋ ਸਰ ਜੋ ਮਰਜ਼ੀ ਦੋ ਜਿਸ ਵਿੱਚ ਆਪ ਖੁਸ਼ ਹੋ ਜਾਓ ਜਿੱਥੋਂ ਵੀ ਚੈੱਕ ਕਰਾਣੀ ਚੈੱਕ ਕਰਾਓ 18 ਮਾਡਲ ਨਿਊ ਸ਼ੇਪ ਦੇ ਵਿੱਚ ਹੈ ਜੀ ਠੀਕ ਹੈ 18 ਦੇ ਵਿੱਚ ਨਵੀਂ ਜਨਰੇਸ਼ਨ ਦੇ ਵਿੱਚ ਹੈ ਜੀ ਇਹ ਤੁਹਾਨੂੰ ਕਰ ਦੇ ਦਾਂਗੇ ਜੀ 10 ਲੱਖ ਤੇ 40000 ਦੇ ਵਿੱਚ 10 ਲੱਖ 40000 ਮੇਂ ਗਾੜੀ ਮਿਲ ਜਾਏਗੀ ਸਵਾ 11 ਸਾਢੇ 11 12 ਮਗੀ ਜਾਂਦੇ ਨੇ ਮੈਂ ਸਿਰਫ ਤੇ ਸਿਰਫ ਤੁਹਾਨੂੰ 10 ਲੱਖ 40000 ਦੇ ਵਿੱਚ 18 ਮਾਡਲ SX ਆਪਸ਼ਨਲ ਫਸਟ ਓਨਰ ਫੁੱਲ ਸ਼ੋਟ ਪੇਡ ਨੰਬਰ ਦੇ ਰਿਹਾ ਪੇਡ ਨੰਬਰ ਦੇਖੋ ਇਤਨੀ ਡਿਟੇਲ ਕੋਈ ਵੀ ਨਹੀਂ ਦੇਗਾ ਆਪਕੋ ਠੀਕ ਹੈ ਜੀ ਕੀ ਹੈ ਸੈਲਟਸ ਠੀਕ ਹੈ ਜੀ HDK ਪਲੱਸ ਠੀਕ ਹੈ ਇਹ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਆ ਭਾਈ ਡੀਜ਼ਲ ਦੇ ਵਿੱਚ ਆ ਜੀ ਠੀਕ ਹੈ ਜੀ ਇਹਦਾ ਬੰਪਰ ਵੀ ਪੇਂਟ ਨਹੀਂ ਹੈਗਾ ਓਕੇ ਬੰਪਰ ਵੀ ਪੇਂਟ ਨਹੀਂ ਬੰਪਰ ਨਹੀਂ ਪੇਂਟ ਆਲਰੀਜਨਲ ਕਾਰ ਆਲਰੀਜਨਲ ਗਾੜੀ ਹੈ ਫਸਟ ਓਨਰ ਆ ਫੁੱਲ ਇੰਸ਼ੋਰਡ ਆ ਓਕੇ ਇਸ ਦਾ ਵੀ ਪੇਡ ਨੰਬਰ ਆ ਜੀ ਤੁਸੀਂ ਨੰਬਰ ਦੇ ਸਕਦੇ ਹੋ ਨੰਬਰ ਬਹੁਤ ਪਿਆਰਾ ਹੈ 33333 ਜਿਸ ਦਾ ਲੱਕੀ ਨੰਬਰ 3 ਹੈ ਉਸ ਲਈ ਹੋਰ ਵਧੀਆ ਹੋ ਜਾਏਗਾ ਹੋਰ ਵਧੀਆ ਹੋ ਜਾਏਗਾ ਟਾਇਰ ਸੀ ਕੰਡੀਸ਼ਨ ਦੇਖ ਲਓ ਵਧੀਆ ਕੰਡੀਸ਼ਨ ਵਿੱਚ ਟਾਇਰਸ ਆਪਕੋ ਮਿਲ ਜਾਣਗੇ ਆਟੋਮੈਟਿਕ ਟਰਾਂਸਮਿਸ਼ਨ ਚ BS6 ਇੰਜਨ ਡੀਜ਼ਲ ਦੇ ਵਿੱਚ ਆ ਜੀ ਓਕੇ ਜੀ ਇਹ ਗ੍ਰੇ ਕਲਰ ਦੇ ਵਿੱਚ ਆ ਜਾਂਦੀ ਹੈ ਗ੍ਰੇ ਕਲਰ ਆ ਗ੍ਰੇ ਕਲਰ ਬਹੁਤ ਟ੍ਰੈਂਡਿੰਗ ਮੇ ਲੋਕ ਨਾ ਵਾਈਟ ਬਹੁਤ ਹੋ ਗਿਆ ਹਰ ਕਿਸੇ ਪਾਸ ਕੀਆ ਕੱਲੀ ਇਹ ਜੀ ਕਾਰ ਆ ਸਰ ਕੀਆ ਦੇ ਵਿੱਚ ਡਾਰਕ ਕਲਰ ਹੀ ਵਿਕੇ ਨੇ ਜ਼ਿਆਦਾ ਬਲੈਕ ਹੋ ਗਿਆ ਗ੍ਰੇ ਹੋ ਗਿਆ ਵਾਈਟ ਕਲਰ ਦੀ ਵੀ ਵਿਕੇ ਓਕੇ ਵਾਈਟ ਦੇ ਵਿੱਚ ਕ੍ਰੇਟਾ ਵਿਕੀ ਆ ਇਹ ਜ਼ਿਆਦਾ ਕਰ ਵਿਕੀਆਂ ਨੇ ਡਾਰਕ ਰੰਗ ਡਾਰਕ ਰੰਗ ਮੇ ਇਹ ਤੁਹਾਨੂੰ ਦੇ ਦਾਂਗੇ ਜੀ ਸਿਰਫ ਤੇ ਸਿਰਫ 14 ਲੱਖ 40000 ਦੇ 14 ਲੱਖ 40000 ਰੁਪਏ ਆਟੋਮੈਟਿਕ ਗੱਡੀ ਮਾਡਲ ਦਸੰਬਰ ਦੀ ਕਾਰ ਸਿਰਫ ਤੇ ਸਿਰਫ 37000 ਕਿਲੋਮੀਟਰ ਚੱਲੀ ਜਸਟ 37 ਚੱਲੀ ਜਿਹਦੇ ਬੰਪਰ ਵੀ ਹਜੇ ਤੱਕ ਪੇਂਟ ਨਹੀਂ ਹੈਗੇ ਬਿਲਕੁਲ ਜੀ ਪਲੱਸ ਕਸਟਮਰ ਕਹਿੰਦੇ ਨੇ ਕਿ ਸਾਨੂੰ ਓਰੀਜਨਲ ਕਾਰ ਚਾਹੀਦੀ ਹੈ ਘੱਟ ਚੱਲੀ ਕਾਰ ਚਾਹੀਦੀ ਹੈ ਇੱਕ ਵਾਰ ਜਰੂਰ ਵਿਜ਼ਿਟ ਕਰੋ ਤੁਹਾਡੇ ਆਪਣੇ ਬਿਰਲਾ ਆਟੋਸ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਵਧੀਆ ਤੋਂ ਵਧੀਆ ਡੀਲ ਦੇ ਸਕੀਏ ਬਿਲਕੁਲ ਤੋਂ ਬਹੁਤ ਵਧੀਆ ਕੰਡੀਸ਼ਨ ਮੇਂ ਗਾੜੀ ਹੈ ਇਹ ਵੀ ਮਿਲ ਜਾਏਗੀ ਠੀਕ ਹੈ ਅੱਗੇ ਸਰ ਆ ਗਈ ਦੋ ਫੋਰਚੂਨਰ 2013 ਮਾਡਲ ਆ ਜੀ ਓਕੇ ਇਹ ਵੀ ਫਸਟ ਓਨਰ ਆ ਜੀ ਠੀਕ ਹੈ ਇੰਸ਼ੋਰੈਂਸ ਇਹਦੀ ਨਹੀਂ ਹੈਗੀ ਨਹੀਂ ਹੈਗੀ ਇਹਦੇ ਦੋ ਤਿੰਨ ਪੀਸ ਰੀਪੇਂਟ ਹੈਗੇ ਨੇ ਠੀਕ ਹੈ ਪਰ ਉਹ ਜੈਨੂਇਨ ਆ ਕੋਈ ਲੱਗੀ ਵੱਜੀ ਐਕਸੀਡੈਂਟ ਮਤਲਬ ਜੋ ਵੀ ਚੀਜ਼ ਹੋ ਗਈ ਹਮ ਬਤਾ ਕੇ ਦੇਣਗੇ ਸਰ ਮੈਂ ਦੱਸ ਕੇ ਦਊਂਗਾ ਦੇਖੋ ਦੱਸ ਕੇ ਦੇਣ ਚ ਕੋਈ ਹਰਜ ਨਹੀਂ ਕਾਰ ਕੱਲੀ ਇਹੋ ਜੀ ਚੀਜ਼ ਆ ਜੀ ਜਿਹਨੂੰ ਅਸੀਂ ਦੱਸ ਕੇ ਦੇ ਦਈਏ ਸਾਨੂੰ ਕੋਈ ਰੀਜ਼ ਨਹੀਂ ਓਕੇ ਕਿਉਂਕਿ ਮਾਰਕੀਟ ਦੇ ਵਿੱਚ ਗੱਡੀ ਰੋਡ ਤੇ ਚੱਲਣੀ ਆ ਕੋਈ ਸਕ੍ਰੈਚ ਪੈ ਗਿਆ ਕੁਝ ਪੈ ਗਿਆ ਰੀਪੇਂਟ ਕਰਾਣੀ ਪੈਂਦੀ ਹੈ ਕੋਈ ਵੱਡੀ ਗੱਲ ਨਹੀਂ ਹੈਗੀ ਬਿਲਕੁਲ ਸਰ ਦੱਸ ਕੇ ਦਵੋ ਕਿੰਨੇ ਕਿਲੋਮੀਟਰ ਚੱਲੀ ਸੀ ਗਾੜੀ ਇਹ ਸਰ ਚੱਲੀ ਹੋਈ ਆ ਅਪਰੋਕਸੀਮੇਟਲੀ 160000 ਦੇ ਨੀਅਰ ਅਬਾਊਟ ਚੱਲੀ ਠੀਕ ਹੈ ਜੀ 160000 ਪਰ ਇਹਨਾਂ ਨੂੰ ਟੋਇਟਾ ਨੂੰ ਕੁਝ ਨਹੀਂ ਹੁੰਦਾ ਬਿਲਕੁਲ ਜੀ ਜੋ ਹੈਗਾ ਤੁਸੀਂ ਤੁਹਾਨੂੰ ਦੱਸ ਕੇ ਦਵਾਂਗੇ ਆਹ 4-5 ਲੱਖ ਚੱਲਣ ਵਾਲੀ ਗਾੜੀ ਕੋਈ ਇਸ਼ੂ ਨਹੀਂ ਆਉਂਦਾ ਸਰ 10 ਲੱਖ ਤੱਕ ਇਹਨਾਂ ਨੂੰ ਕੁਝ ਨਹੀਂ ਹੁੰਦਾ ਠੀਕ ਹੈ ਜੀ ਟੋਇਟਾ ਵਾ ਟੋਇਟਾ ਦਾ ਇੱਕ ਸਾਹਿਬ ਦੀ ਵੁੱਡਲੈਂਡ ਦੇ ਸ਼ੂਜ਼ ਵਾਲਾ ਕੰਮ ਆ ਬੰਦਾ ਚਲਾ ਚਲਾ ਥੱਕ ਜਾਂਦਾ ਪਰ ਇਹਨਾਂ ਨੂੰ ਹੁੰਦਾ ਕੁਝ ਠੀਕ ਹੈ ਭਾਜੀ 4x4 ਆਉਂਦੀ ਹੈ ਨਹੀਂ ਇਹ 2x4 ਆ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਸਿਰਫ ਤੇ ਸਿਰਫ ਰੇਟ ਦੇ ਰਹੇ ਆ 13 ਲੱਖ ਰੁਪਏ ਚਲੋ 13 ਲੱਖ ਰੁਪਏ ਆਟੋਮੈਟਿਕ ਗਾੜੀ 13 ਲੱਖ ਰੁਪਏ ਦੇ ਵਿੱਚ ਲੋਕੀ ਮੈਨੂਅਲ ਕਾਰ 13 ਮਾਡਲ ਦਾ ਤੁਸੀਂ ਚੈੱਕ ਕਰ ਸਕਦੇ ਹੋ 14.5-14 ਮੰਗ ਰਹੇ ਨੇ ਮੈਂ ਆਟੋਮੈਟਿਕ ਤੁਹਾਨੂੰ ਸਿਰਫ ਤੇ ਸਿਰਫ 13 ਲੱਖ ਮਿਲ ਜਾਏਗੀ ਪਲੱਸ ਆਟੋਮੈਟਿਕ ਚਲਾਣੀ ਸਮੂਥ ਬਹੁਤ ਕੰਫਰਟੇਬਲ ਬਹੁਤ ਅੱਜ ਦੀ ਰੇਟ ਦੇ ਵਿੱਚ ਡਿਮਾਂਡ ਵੀ ਸਾਡੀ ਕਸਟਮਰ ਦੀ ਆਟੋਮੈਟਿਕ ਦੇ ਵਿੱਚ ਨੈਚੁਰਲੀ ਗੱਲ ਆ 10 ਲੱਖ ਤੋਂ ਉੱਤੇ ਜਿਹੜਾ ਕਸਟਮਰ ਚਲੇ ਜਾਂਦਾ ਅਗਲਾ ਕਹਿੰਦਾ ਯਾਰ ਆਟੋਮੈਟਿਕ ਬਿਲਕੁਲ ਆਟੋਮੈਟਿਕ ਦੀ ਪ੍ਰੈਫਰੈਂਸ ਜਾਂਦਾ ਠੀਕ ਹੈ ਜੀ ਹੁਣ ਆਜੋ ਜੀ ਅੱਗੇ ਚੱਲਦੇ ਆ ਸਕਾਰਪੀਓ ਖੜੀ ਹੈ ਮੇਰੇ ਪਾਸ ਸਰ ਇਹਦਾ ਵੀ ਨੰਬਰ ਸਾਰੇ ਵਧੀਆ ਹੁੰਦੇ ਮੇਰੇ ਪਾਸ ਤਕਰੀਬਨ ਸਾਡੇ ਕੋਲ ਪੇਡ ਨੰਬਰ ਸਾਰੇ ਨੇ ਠੀਕ ਹੈ ਜੀ ਨੰਬਰ ਸਾਡੇ ਕੋਲ ਸਿੰਗਲ ਡਿਜਿਟ ਤੋਂ ਲੈ ਕੇ ਹਰ ਇੱਕ ਤਰ੍ਹਾਂ ਦੇ ਨੰਬਰ ਤਕਰੀਬਨ ਮਿਲ ਜਾਣਗੇ ਓਕੇ ਇਹਦਾ ਵੀ ਨੰਬਰ ਬਹੁਤ ਸੋਹਣਾ ਜੀ PV 31 31
ਜਿਹੜੇ ਸਮਝਣ ਵਾਲੇ ਸਮਝ ਜਾਣਗੇ, ਨਹੀਂ ਸਮਝ ਆਦੇ ਭਾਜੀ ਕੋਲ ਕਾਲ ਕਰ ਲਓ ਸਾਨੂੰ। ਕੋਈ ਗੱਲ ਨਹੀਂ ਸਰ, ਐਨੀ ਟਾਈਮ ਸਾਡਾ 7 ਡੇਜ਼ ਓਪਨ ਆ, ਜਿਹੜੇ ਦਿਨ ਤੁਸੀਂ ਮਰਜ਼ੀ ਆ ਸਕਦੇ ਹੋ, ਵਿਜ਼ਿਟ ਕਰ ਸਕਦੇ ਹੋ। ਠੀਕ ਹੈ ਜੀ। ਅਗਲੀ ਸਰ ਆ ਜਾਂਦੀ ਹੈ ਪਜੈਰੋ। ਬਿਲਕੁਲ ਜੀ, ਪਜੈਰੋ ਸਪੋਰਟ ਦੇ ਵਿੱਚ, ਇਹ ਵੀ 16 ਮਾਡਲ ਆ ਪਰ ਨੰਬਰ ਫਿਰ ਵਧੀਆ। ਇਹਦਾ ਵੀ ਨੰਬਰ ਬਹੁਤ ਵਧੀਆ ਸਰ। ਇਹਦਾ ਐਕਚੁਅਲ ਜੇ ਇਹ ਸੈਕਿੰਡ ਓਨਰ ਆ, ਠੀਕ ਹੈ, ਪਰ ਫਰਸਟ ਓਨਰ ਦਾ ਇਹਦਾ ਕਿਹੜਾ ਨੰਬਰ ਸੀ? ਉਹ 0001 ਸੀਗਾ, KB03 0001। ਉਹ ਨੰਬਰ ਕਸਟਮਰ ਦੀ ਡਿਮਾਂਡ ਸੀ ਕਿ ਮੈਂ ਰਿਟੇਨ ਕਰਨਾ, ਉਹਨਾਂ ਨੇ ਉਹ ਨੰਬਰ ਰਿਟੇਨ ਕਰ ਲਿਆ, ਪਰ ਆਰਸੀ ਦੇ ਉੱਤੇ ਓਨਰ ਸੀਰੀਅਲ ਨੰਬਰ ਸੈਕਿੰਡ ਚੜ ਗਿਆ। ਠੀਕ ਹੈ ਜੀ। ਪਹਿਲਾਂ ਬੇਟੇ ਦੇ ਨਾਮ ਤੇ ਸੀ, ਫਿਰ ਫਾਦਰ ਦੇ ਨਾਮ ਤੇ ਹੋ ਗਿਆ। ਓਕੇ, ਤਾਂ ਬੇਸਿਕਲੀ ਹੈ ਇਹ ਫਰਸਟ ਓਨਰ ਸੀ ਪਰ ਕਿਸੇ ਨਾਮ ਕੇ ਲਈ ਨੰਬਰ ਕੇ ਕਾਰਨ। ਠੀਕ ਹੈ ਜੀ। ਤੇ ਕੰਡੀਸ਼ਨ ਤੁਸੀਂ ਦੇਖੋ, ਟਾਇਰ ਬਿਲਕੁਲ ਬ੍ਰਾਂਡ ਨਿਊ ਨੇ ਜੀ, ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਹੈ ਜੀ। ਓਕੇ, ਬ੍ਰਾਂਡ ਨਿਊ ਟਾਇਰਸ ਆ, ਦੇਖ ਲਓ ਗੁੱਡੀ ਯੂਜ਼ ਵੀ ਨਹੀਂ ਹੋਈ ਵੀ ਲੱਗਦਾ, ਬ੍ਰਾਂਡ ਨਿਊ ਕਾਰ ਸਰ। ਅਪਰੋਕਸੀਮੇਟਲੀ 50-55 ਹਜ਼ਾਰ ਦੀ ਨੀਅਰ ਅਬਾਊਟ ਚੱਲੀ ਹੋਈ ਹੈ। ਠੀਕ ਹੈ ਜੀ। 16 ਮਾਡਲ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ, ਬਹੁਤ ਨਵੀਂ ਕਾਰ, ਕੋਈ ਵੀ ਪੀਸ ਇਹਦਾ ਰੀਪੇਂਟ ਨਹੀਂ ਹੈਗਾ, ਇਹਦਾ ਅਗਲਾ ਪਿਛਲਾ ਬੰਪਰ ਪੇਂਟ ਆ ਜਾਂ ਸਾਈਡ ਵਾਲੀ ਪਲਾਸਟਿਕ ਦੀ ਸਕਲਟਿੰਗ ਪੇਂਟ ਆ। ਓਕੇ ਜੀ, ਤਾਂ ਜੋ ਵੀ ਹੈ ਵਿੱਚ ਕੋਈ ਪੀਸ ਪੇਂਟ ਨਹੀਂ। ਓਕੇ, ਬਤਾ ਕੇ ਦਿਆ ਜਾਏਗਾ। ਆਟੋਮੈਟਿਕ ਗਾੜੀ ਹੈ, SUV ਗਾੜੀ ਬਹੁਤ ਵਧੀਆ ਰਹਤੀ ਹੈ ਸਰ। ਪਹਿਲੀ ਗੱਲ ਆ ਸਰ, ਮੈਂ ਪਰਸਨਲੀ ਵਿਊ ਦੇ ਵਿੱਚ ਬਿਲਕੁਲ ਫੋਰਚੂਨਰ ਨਾਲੋਂ ਮੱਚ ਬੈਟਰ ਚਲਾਈ ਆ। ਠੀਕ ਹੈ ਜੀ। ਡਰਾਈਵ ਦੇ ਮੁਕਾਬਲੇ ਦੇ ਵਿੱਚ ਯਾਰੋ ਫੋਰਚੂਨਰ ਨਾਲੋਂ ਜ਼ਿਆਦਾ ਡਰਾਈਵ ਆ। ਓਕੇ, ਬਾਕੀ ਖੜੀ ਦੋਨੋਂ ਹੀ ਆ, ਚਲਾ ਕੇ ਦੇਖ ਲਓ ਜਿਹੜੀ ਵਧੀਆ ਲੱਗੀ। ਜਿਹੜੀ ਵਧੀਆ ਲੱਗੂ, ਪਰ ਇਹ ਆ ਕਿ ਕਸਟਮਰ ਦੀ ਡਿਮਾਂਡ ਕਿਹੜੀ ਆ। ਠੀਕ ਹੈ, ਮੇਰੇ ਵੱਲੋਂ ਉਹ ਵੀ ਖੜੀ ਆ, ਮੇਰੇ ਕੋਲ ਇਹ ਵੀ ਖੜੀ ਆ, ਪਰ ਵਧੀਆ ਕਾਰ ਆ, ਸਮੂਥ ਕਾਰ ਆ, ਇਹ ਵੀ ਲੈ ਕੇ ਜਾ ਸਕਦੇ ਹੋ। ਇਹ ਤੁਹਾਨੂੰ ਮੈਂ ਦੇ ਦਾਂਗਾ ਸਿਰਫ ਤੇ ਸਿਰਫ 13,75,000 ਦੇ ਵਿੱਚ, ਪੂਰਾ ਪੰਜਾਬ, ਪੂਰਾ ਇੰਡੀਆ ਰੇਟ, ਪੂਰਾ ਇੰਡੀਆ ਦੇਖ ਲਓ। ਠੀਕ ਹੈ, ਤੁਹਾਨੂੰ ਕੋਈ 16 ਮਾਡਲ ਆਟੋਮੈਟਿਕ ਟਰਾਂਸਮਿਸ਼ਨ ਨਹੀਂ ਦੇ ਪਾਏਗਾ, 13,75,000 ਦੀ ਕੋਈ ਨਹੀਂ ਦੇਊ। ਚਲੋ, ਇਵਨ ਤੁਸੀਂ ਦਿੱਲੀ ਵੀ ਲੱਭੋ ਨਾ ਚਾਹੋਗੇ, ਠੀਕ ਹੈ, ਦਿੱਲੀ ਹੋਈ ਤੁਹਾਨੂੰ ਇਹ ਰੇਟ ਤੇ ਨਹੀਂ ਲੱਭੂ। ਚਲੋ, ਇਹ ਗਾਰੰਟੀ ਭਾਜੀ ਹਰ ਵਾਰ ਦਿੰਦੇ ਆ, ਹਰ ਗਾੜੀ ਕੀ ਮਾਰਪਾ ਕੁਛ ਨਾ ਕੁਛ ਚੀਜ਼ ਦੀ ਗਾਰੰਟੀ ਹੈ। ਅੱਗੇ ਆ ਜੀ ਸਰ, ਇਨੋਵਾ ਕਾਰ। ਇਨੋਵਾ ਜੀ, ਇਨੋਵਾ ਦੇ ਵਿੱਚ ਬਹੁਤ ਤੁਹਾਡੇ ਵਿਊਅਰਸ ਦੇ ਵੱਲੋਂ ਆਉਂਦੇ ਆ ਕਿ ਸਾਨੂੰ ਵਾਈਟ ਕਲਰ ਚਾਹੀਦੀ ਆ, ਚਾਹੀਦੀ ਪਰ ਸਾਨੂੰ ਟੌਪ ਮਾਡਲ ਦੇ ਵਿੱਚ, ਟੌਪ ਮਾਡਲ ਮੇ ਚਾਹੀਏ। ਵਾਈਟ ਕਲਰ ਬੇਸ ਮਾਡਲ ਚ ਨੈਚੁਰਲੀ ਗੱਲ ਬਹੁਤ ਮਿਲ ਜਾਂਦੀਆਂ ਨੇ, ਪਰ ਇਹ ਸਭ ਤੋਂ ਟੌਪ ਮਾਡਲ ਇਹ ਜ਼ੈਡ ਮਾਡਲ ਹੈ। ਇਹ ਜ਼ੈਡ ਮਾਡਲ ਆ। ਠੀਕ ਹੈ ਜੀ। ਇਹ ਜ਼ੈਡ ਮਾਡਲ ਆ ਸਰ, 20 ਤੋਂ ਉੱਪਰ ਆ ਜਾਂਦਾ। ਓਕੇ ਜੀ। ਇਹ ਜ਼ੈਡ ਆ, ਸੈਕਿੰਡ ਓਨਰ ਆ ਜੀ। ਓਕੇ, ਪਰ ਚੱਲੀ ਕਿੰਨੀ ਹੈ? ਚੱਲੀ ਹੋਈ ਹੈ ਇਹ ਅਪਰੋਕਸੀਮੇਟਲੀ 1,45,000। ਚਲੋ, ਕੁਝ ਵੀ ਨਹੀਂ ਹੈ, ਨਾਰਮਲ ਹੈ ਇਸ ਲਈ। ਸਰ, ਡਾਕਟਰ ਡਰਾਈਵਨ ਕਾਰ ਆ, ਡਾਕਟਰ ਦੀ ਕਾਰ ਆ, ਮੈਂ ਹੀ ਉਹਨਾਂ ਨੂੰ ਵੇਚੀ ਸੀ। ਠੀਕ ਹੈ ਜੀ। ਉਹਨਾਂ ਦਾ ਦੁਬਾਰਾ ਤੋਂ ਹੁਣ ਫੌਰ ਸੇਲ ਵਾਸਤੇ ਆਈ ਹੋਈ ਹੈ। ਠੀਕ ਹੈ ਜੀ। ਇੰਸ਼ੋਰੈਂਸ ਵੀ ਹੈਗੀ ਆ, ਤਿੰਨੇ ਚਾਬੀਆਂ ਨਾਲ ਆ, ਸਾਰਾ ਕੁਝ ਆ, ਵੈਲ ਮੇਨਟੇਨ ਆ, ਕੋਈ ਪੀਸ ਪੇਂਟ ਨਹੀਂ ਹੈਗਾ। ਓਕੇ, ਜੋ ਚੀਜ਼ ਨਈ ਗੜੀ ਕੇ ਸਾਥ ਆਤੀ ਹੈ ਵਹੀ ਸੇਮ ਭਾਜੀ ਆਪਕੋ ਦੀ ਸੇ। ਉਹੀ ਕੋਈ ਪੀਸ ਪੇਂਟ ਨਹੀਂ, ਇਹਦਾ ਅਗਲਾ ਤੇ ਪਿਛਲਾ ਬੰਪਰ ਪੇਂਟ ਆ, ਬਾਕੀ ਸਾਰੀ ਓਰੀਜਨਲ ਆ। ਸਾਰੀ ਓਰੀਜਨਲ ਆ। 7 ਸੀਟਰ ਕਾਰ ਆ, ਪਿੱਛੇ ਕੈਪਟਨ ਸੀਟਸ ਆ ਜਾਂਦੀਆਂ ਨੇ। ਇਹ ਤੁਹਾਨੂੰ ਕਾਰ ਦੇ ਦਾਂਗੇ 8,40,000 ਦੇ ਵਿੱਚ। 8,40,000 ਕਹਿੰਦਾ 7 ਸੀਟਰ ਗਾੜੀ ਫੈਮਿਲੀ ਕੇ ਲਈ ਬਹੁਤ ਕੰਫਰਟੇਬਲ ਗਾੜੀ ਹੈ, ਪਲਸ ਲੰਬੀ ਚੱਲਨੇ ਵਾਲੀ ਗਾੜੀ ਹੈ। ਹਾਂ, ਫੋਰਐਵਰ। ਠੀਕ ਹੈ ਜੀ। ਹੁਣ ਅੱਗੇ ਆ ਜਾਓ ਜੀ, ਹੈਰੀਅਰ। ਹੈਰੀਅਰ, ਚਲੋ, ਟਾਟਾ ਦੀ ਹੈਰੀਅਰ ਕਾਰ ਇਹ ਸੈਕਿੰਡ ਹੈਂਡ ਵਿੱਚ ਕਮੀ ਆਈ ਹੈ, ਜਿਆਦਾ ਨਹੀਂ ਆਈ ਹੈ, ਕਿਉਂਕਿ ਬਹੁਤ ਜਿਆਦਾ ਡਿਮਾਂਡੇਬਲ ਹੈ। ਬਿਲਕੁਲ ਜੀ, ਬਹੁਤ ਜਿਆਦਾ ਡਿਮਾਂਡੇਬਲ ਆ। ਫੀਚਰ ਬਹੁਤ ਵਧੀਆ, ਫੀਚਰ ਵਾਈਜ਼ ਬਹੁਤ ਵਧੀਆ, 10 ਈਅਰ ਬੈਗਸ ਆ ਜਾਂਦੇ ਨੇ। ਓਕੇ, ਪਲਸ ਡਰਾਈਵ ਮੋਡਸ ਆ ਜਾਂਦੇ ਨੇ। ਤੁਸੀਂ ਇਕਨੋਮਿਕਲ ਵੀ ਡਰਾਈਵ ਮੋਡ ਚਲਾਣਾ, ਸਪੋਰਟਸ ਮੋਡ ਚਲਾਣਾ, ਰੈਸ਼ ਡਰਾਈਵਿੰਗ ਕਰਨੀ ਹੈ, ਕਿਸੇ ਵੀ ਤਰ੍ਹਾਂ ਦੀ ਕਰਨੀ ਹੈ, ਸਾਰੇ ਤਰ੍ਹਾਂ ਦੇ ਮੋਡਸ ਆ ਜਾਂਦੇ ਨੇ। ਕੁਛ ਬਣਨ ਆ ਜਾਂਦਾ, ਪਲਸ ਇਹ ਹੈ 5 ਸੀਟਰ ਕਾਰ, ਦੇਖਣ ਨੂੰ ਇਹ 7 ਸੀਟਰ ਲੱਗਦੀ ਆ, ਪਰ ਹੈ ਐਕਚੁਅਲ ਚ 5 ਸੀਟਰ ਕਾਰ ਆ, ਬਹੁਤ ਸਮੂਥ ਕਾਰ ਆ। ਬਿਲਕੁਲ ਜੀ, ਹਰ ਇੱਕ ਫੀਚਰ ਇਸ ਨੂੰ ਮਿਲ ਜਾਂਦਾ। ਭਾਜੀ ਕਿਹੜਾ ਮਾਡਲ ਹੈ? ਇਹ ਹੈਗਾ ਜੀ 19 ਮਾਡਲ ਹੈ ਜੀ। 19 ਮਾਡਲ, ਭਾਜੀ 19 ਮਾਡਲ ਫਰਸਟ ਓਨਰ, ਫੁੱਲ ਇੰਸ਼ੋਰੈਂਸ। ਓਕੇ, ਇਹ ਅਪਰੋਕਸੀਮੇਟਲੀ 90,000 ਦੀ ਨੀਅਰ ਅਬਾਊਟ ਚੱਲੀ ਹੋਈ ਹੈ, 90,000 ਕੇ ਨਾਲ ਚੱਲ। ਸਰ, ਇੱਕ ਛੋਟੀ ਗੱਲ, ਹੈਰੀਅਰ ਇਹ ਇਹੋ ਜੀ ਕਾਰ ਆ, ਹਾਂਜੀ, ਜਿਹੜੀ ਕਿ ਕੰਪਨੀ ਵੱਲੋਂ ਇਹ ਰეკਮੈਂਡ ਕੀਤੀ ਜਾਂਦੀ ਹੈ ਜੀ, 3 ਸਾਲ ਟਾਈਮ ਤੇ ਅਨਲਿਮਿਟਿਡ ਕਿਲੋਮੀਟਰ ਦੀ ਗਾਰੰਟੀ। ਠੀਕ ਹੈ ਜੀ। ਹੋਰ ਕਿਸੇ ਕਾਰ ਦੇ ਵਿੱਚ ਅਨਲਿਮਿਟਿਡ ਕਿਲੋਮੀਟਰ ਦੀ ਗਾਰੰਟੀ ਕੋਈ ਕੰਪਨੀ ਨਹੀਂ ਦਿੰਦੀ, ਬਿਲਕੁਲ ਵੀ ਕਲੇਮ ਨਹੀਂ ਕਰਦੀ, ਕੱਲੀ ਹੈਰੀਅਰ ਹੀ ਇਹੋ ਜੀ ਆ। ਬਿਲਕੁਲ ਜੀ, ਅਨਲਿਮਿਟਿਡ ਕਿਲੋਮੀਟਰ ਦੀ ਗਾਰੰਟੀ ਕੰਪਨੀ ਵੱਲੋਂ ਦਿੱਤੀ ਜਾਂਦੀ ਹੈ, 3 ਸਾਲ, ਚਾਹੇ 5 ਲੱਖ ਚਲਾ ਦੋ, ਠੀਕ ਹੈ, ਚਾਹੇ 2 ਲੱਖ ਚਲਾ ਦੋ, ਠੀਕ ਹੈ, ਇੰਜਨ ਨੂੰ ਕੁਝ ਹੋ ਗਿਆ 3 ਸਾਲਾਂ ਦੇ ਵਿੱਚ, ਬਿਲਕੁਲ ਜੀ, ਬਿਲਕੁਲ, ਫ੍ਰੀ ਆਫ ਕਾਸਟ। ਠੀਕ ਹੈ, ਤੇ ਇਹ ਨਾਲੇ ਇਹ ਗਾਰੰਟੀ ਆ, ਬਿਲਕੁਲ, ਲੋਕ ਸਿਰਫ ਗਾੜੀ ਵੇਚਦੇ ਹਨ, ਪ੍ਰੋਪਰ ਨੋਲੇਜ ਕੇ ਸਾਥ ਵੇਚਦੇ ਨੇ, ਕਿਉਂਕਿ 10 ਲੱਖ ਕਿਲੋਮੀਟਰ ਦੀ ਰੋਡ ਟੈਸਟਿੰਗ ਆ। ਠੀਕ ਹੈ, 10 ਲੱਖ ਕਿਲੋਮੀਟਰ ਦੀ ਰੋਡ ਟੈਸਟਿੰਗ, ਇਨਫ ਆ, ਬਹੁਤ ਜ਼ਿਆਦਾ ਵਾ। ਬਿਲਕੁਲ ਜੀ, ਸੋ ਇਸ ਕਰਕੇ ਬੈਸਟ ਕਾਰ ਆ। ਵਧੀਆ ਜੀ, ਠੀਕ ਹੈ, ਤੇ ਅਬ ਅੱਜ ਇਹ ਬਈ ਬਜਟ SUV ਆ ਜਾਂਦੀ ਹੈ। ਹਾਂ, ਬਜਟ ਵਿੱਚ 7 ਸੀਟਰ ਮਿਲ ਜਾਂਦਾ ਹੈ, ਇਹ ਮਗੀ ਬਹੁਤ ਵਧੀਆ ਕਾਰ ਹੈ ਜੀ। ਓਕੇ, ਮਰੂਤੀ ਸੁਜ਼ੂਕੀ ਦੀ ਆਰਟਿਕਾ ਜੀ, 2013 ਮਾਡਲ, ਦਸੰਬਰ ਦੀ ਕਾਰ, ZDI ਸਭ ਤੋਂ ਟਾਪ ਵੇਰੀਐਂਟ ਆ ਜੀ। ਠੀਕ ਹੈ ਜੀ। ਇਹਦੇ ਵਿੱਚ 2-3 ਪੀਸ ਸਟਚਿੰਗ ਹੈਗੇ ਆ। ਓਕੇ, ਪਰ ਕਿਲੋਮੀਟਰ ਦੀ ਗੱਲ ਕੀਤੀ ਜਾਵੇ, ਕਿਲੋਮੀਟਰ ਸਿਰਫ ਤੇ ਸਿਰਫ 90,000 ਕਿਲੋਮੀਟਰ ਚੱਲੀ ਹੈ, ਜੈਨੂਅਨ ਚੱਲੇ, ਬਹੁਤ ਥੋੜੀ ਚੱਲੀ ਹੈ ਸਰ। ਹੁਣ ਐਗਜ਼ਾਮਪਲ ਦੇ ਤੌਰ ਤੇ 13 ਮਾਡਲ ਆ, 2023 ਚੱਲਦਾ ਪਿਆ, 10 ਸਾਲ ਹੋ ਗਏ, 10 ਸਾਲਾਂ 'ਚ ਕਿੰਨੀ ਚੱਲੀ ਆ? 90,000 ਰੁਪਏ। ਈਵਨ ਜੇ ਆਪਾਂ ਐਵਰੇਜ ਲਈਏ, ਅਪਰੋਕਸੀਮੇਟਲੀ ਸਾਲ ਦੀ ਕਿੰਨੀ ਚੱਲ ਰਹੀ ਹੈ? 8-9 ਹਜ਼ਾਰ
आर्टिका दे रहे हैं, सेवन सीटर, सेवन सीटर है, फैमिली के साथ जाओ, रोड ट्रिप करो, एंजॉय वाली गाड़ी करो। अगला जो वॉक्सवैगन, वॉक्सवैगन के बीच जेटा, इधर भी पेड नंबर है 0345, ठीक है जी, भी 43 43 है का जी, ये अपना समराले का नंबर, ठीक है जी, समराले का भाई, देखने में कम मिलती गाड़ी वाली सर, ऑन डिमांड ज्यादा वा, बिल्कुल जी, क्योंकि ਘੱਟ ਬਜਟ ਦੇ ਵਿੱਚ ਲਗਜ਼ਰੀ ਕਾਰ ਹੋਰ ਕੋਈ ਵੀ ਨਹੀਂ ਹੈਗੀ, ਬਿਲਕੁਲ ਜੀ। ਫੀਚਰ ਵਾਈਜ਼ ਇਹਦੇ ਚ ਗੱਲ ਕਰੀ ਜਾਵੇ, ਜਾਂ ਕਿ ਕਾਰ ਵਾਈਜ਼ ਗੱਲ ਕੀਤੀ ਜਾਵੇ, ਇਹਦੇ ਚ ਕਿਹੜਾ ਇੰਜਨ ਟਰਾਂਸਮਿਸ਼ਨ ਯੂਜ਼ ਕੀਤਾ ਹੋਇਆ, ਆਡੀ A4 ਦਾ ਵਾ, ਓਕੇ। ਸੋ ਇਸ ਰੇਟ ਦੇ ਵਿੱਚ, ਉੱਚੇ ਬਜਟ ਦੇ ਵਿੱਚ, ਨਿਊ ਸ਼ੇਪ ਦੇ ਵਿੱਚ ਹੋਰ ਕੋਈ ਕਾਰ ਮਿਲਦੀ ਨਹੀਂ ਮਿਲਦੀ, ਪਲੱਸ ਅਲੋਈ ਵੀ ਲੱਗਦੀ, ਅਲੋਈ ਵੀ ਐਕਸਟਰਾ ਨੇ, ਪੇਡ ਨੰਬਰ ਆ ਸਰ, ਇਲੈਕਟ੍ਰੋਨਿਕ ਸੀਟਸ ਆ ਜਾਂਦੀ ਆ, ਟਰਾਂਸਮਿਸ਼ਨ ਦੀ ਜੇ ਗੱਲ ਕੀਤੀ ਜਾਵੇ ਤਾਂ ਸਭ ਤੋਂ ਸੁਪੀਰੀਅਰ ਟਰਾਂਸਮਿਸ਼ਨ ਜਿਹੜਾ ਅੱਜ ਦੇ ਰੇਟ ਚ ਮੰਨਿਆ ਜਾਂਦਾ ਪੂਰੇ ਵਰਲਡ ਦੇ ਵਿੱਚ, ਤਾਂ DSG ਟਰਾਂਸਮਿਸ਼ਨ ਇਸ ਦੇ ਅੰਦਰ ਆ ਜਾਂਦਾ ਹੈ। DSG ਤੋਂ ਉੱਤੇ ਟਰਾਂਸਮਿਸ਼ਨ ਅੱਜ ਤੱਕ ਕੋਈ ਨਹੀਂ ਆਇਆ, ਪਲੱਸ ਇਸ ਦੀ ਗਾੜੀ ਫੋਕਸ ਵੀ ਸੇਫ ਬਹੁਤ ਹੈ, ਵਿੱਚ ਵੀ DSG ਯੂਜ਼ ਕੀਤਾ, ਠੀਕ ਹੈ ਜੀ, ਹਾਂਜੀ। ਤੇ ਭਾਈ ਗੱਡੀਆਂ ਸੇਫ ਬਹੁਤ ਹੈ ਮੈਂ ਸੁਣਿਆ, ਇਸ ਸਭ ਤੋਂ ਸੇਫੈਸਟ ਕਾਰ ਆ ਜੀ, ਠੀਕ ਹੈ ਜੀ, ਹਾਂਜੀ। ਤੇ ਭਾਈ ਜੀ ਕੀ ਡਿਮਾਂਡ ਜੀ? ਇਹ ਸਰ ਕਾਰ ਦੇ ਦਾਂਗੇ ਤੁਹਾਨੂੰ ਸਿਰਫ ਤੇ ਸਿਰਫ 4,90,000 ਦੇ ਵਿੱਚ, ਠੀਕ ਹੈ। ਬਹੁਤ ਬ੍ਰਾਂਡ ਨਿਊ ਕਾਰ ਆ ਜੀ, ਕੋਈ ਲੱਗੀ ਵੱਜੀ ਐਕਸੀਡੈਂਟ ਨਹੀਂ, ਟਚਿੰਗ ਜ਼ਰੂਰ ਮਾਈਨਰ ਜੀ ਹੈਗੀ, ਮਾਈਨਰ ਜੀ ਹੋਏਗੀ, ਪਰ ਪੀਸ ਚੇਂਜ, ਐਕਸੀਡੈਂਟ ਦੀ 100% ਦੀ ਵਿਦ ਰਿਟਰਨ ਗਾਰੰਟੀ, ਵਿਦ ਰਿਟਰਨ ਦੋਗੇ, ਕੋਈ ਵੀ ਕਾਰ ਸਾਡੇ ਕੋਲ ਕੋਈ ਐਕਸੀਡੈਂਟ ਨਹੀਂ ਹੋਗੀ, ਕੋਈ ਇੰਜਨ ਮਾੜੇ ਦੀ ਨਹੀਂ ਹੋਗੀ, ਉਸ ਚੀਜ਼ ਦੀ ਤੁਹਾਨੂੰ ਵਿਦ ਰਿਟਰਨ ਦਿੱਤੀ ਜਾਊਗੀ, ਟਚਿੰਗ ਮਾਈਨਰ ਜੀ ਗੱਲ ਆ, ਉਹ ਉਹ ਤਾਂ ਹੋਏਗੀ, ਚਲੋ ਚਲੋ, ਬਹੁਤ ਵਧੀਆ ਕੰਡੀਸ਼ਨ ਮੇ ਵੀ ਹੈ, ਆਟੋਮੈਟਿਕ ਟਰਾਂਸਮਿਸ਼ਨ ਸਭ ਤੋਂ ਵਧੀਆ, ਸਮੂਥ ਬਹੁਤ ਹੈ, ਸਮੂਥ ਬਹੁਤ, ਸਿਡੈਨ ਕੋ ਚਲਾਉਣੇ ਮਜ਼ਾ ਬਹੁਤ ਆਏਗਾ, ਬਹੁਤ ਮਜ਼ਾ ਜੀ, ਲੌਂਗ ਟ੍ਰਿਪ ਤੇ ਜਾਣਾ ਤਾਂ ਅਸੀਂ ਬਹੁਤ ਵਧੀਆ ਇੰਜੋਏ ਕਰ ਸਕਦੇ ਹਾਂ ਜੀ, ਠੀਕ ਹੈ। ਹੁਣ ਕੀ ਆਇਓ ਜੀ ਆਪਣੀ ਮਰਸੀ ਈ ਕਲਾਸ ਭਾਜੀ, ਇਹ ਈ ਕਲਾਸ ਹੈ, E250 ਹੈ ਜੀ, ਇਹਦਾ ਵੀ ਪੇਡ ਨੰਬਰ ਹੈ 0084 ਲੁਧਿਆਣਾ ਦਾ ਨੰਬਰ ਹੈ ਜੀ, ਠੀਕ ਹੈ ਜੀ, ਇਹ 2011 ਮਾਡਲ ਦਾ, ਹੁਣ ਇਹ ਜਿਹੜੇ ਰੇਟ ਤੇ ਮੈਂ ਕਾਰ ਦੇ ਰਿਹਾ ਜੀ, ਤੁਸੀਂ ਦਿੱਲੀ ਲੱਭ ਲਓ ਜੀ, ਠੀਕ ਹੈ, ਪੂਰਾ ਇੰਡੀਆ ਲੱਭ ਲਓ, ਨਹੀਂ ਮਿਲੇਗੀ ਗਾਰੰਟੀ, ਗਾਰੰਟੀ ਲਿਖ ਕੇ ਦੋਗੇ, ਜਿੱਥੇ ਵੀ ਮਰਜ਼ੀ ਲੱਭ ਲਓ, ਜੇ ਕੋਈ ਲੱਭਦੀ ਆ ਠੀਕ ਹੈ, ਤਾਂ ਥੱਲੇ ਜ਼ਰੂਰ ਪੋਸਟ ਕਰਿਓ ਡਿਟੇਲ ਤੇ ਰੇਟ ਤੇ ਮੇਰੇ ਰੇਟ, ਕੰਪੈਰੀਜ਼ਨ ਕਰਕੇ ਦੇਖ ਲਿਓ, ਜਿਹੜੇ ਤੁਹਾਨੂੰ ਪੇਡ ਨੰਬਰ ਲੁਧਿਆਣੇ ਦਾ, ਹਾਂਜੀ, ਫੁੱਲ ਇੰਸ਼ੋਰੈਂਸ, ਇੰਸ਼ੋਰੈਂਸ ਦੇ ਉੱਤੇ ਜੇ ਗੱਲ ਕੀਤੀ ਜਾਵੇ, ਅਪਰੋਕਸੀਮੇਟਲੀ 12 ਲੱਖ ਦੇ ਨੀਅਰ ਅਬਾਊਟ ਦਾ ਇੰਸ਼ੋਰੈਂਸ ਦੀ ਵੈਲਿਊ, ਠੀਕ ਹੈ ਜੀ, ਪਰ ਮੈਂ ਅੱਜ ਕਿਹੜੇ ਰੇਟ ਦੇ ਰਿਹਾ ਉਹ ਤੋਂ ਹਾਫ, ਠੀਕ ਹੈ, ਤੇ ਕਿਆ ਭਾਈ ਬਤਾ ਦੋ ਤੁਹਾਨੂੰ ਸਿਰਫ ਤੇ ਸਿਰਫ 5,40,000 ਦੇ ਵਿੱਚ ਦੇ, 5,40,000 ਦੇ ਅੰਦਰ ਆਪਕੋ ਸਵਿਫਟ ਦੇ ਰੇਟ ਤੇ ਮਰਸੀ ਦੇ ਰਿਹਾ ਜੀ, ਈ ਕਲਾਸ, ਸਨਰੂਫ ਵਾਲੀ, ਦੋਨੋਂ ਚਾਬੀਆਂ, ਫੁੱਲ ਇੰਸ਼ੋਰ, ਬ੍ਰੈਂਡ ਨਿਊ ਟਾਇਰਸ, ਬਹੁਤ ਨਵੀਂ ਕਾਰ, ਬਿਲਕੁਲ ਨਵੀਂ ਤਰ੍ਹਾਂ ਦੀ ਗਾੜੀ ਆਪਕੋ ਮਿਲ ਜਾਣੀ, ਟਾਇਰਸ ਕੀ ਕੰਡੀਸ਼ਨ ਦੇਖ ਲਓ, ਬ੍ਰੈਂਡ ਨਿਊ ਟਾਇਰਸ ਹੈ, ਪਲੱਸ ਸਪੋਰਟੀ ਟਾਇਰਸ ਹੈ ਕਾਫੀ ਜ਼ਿਆਦਾ, ਸਰ ਇਹ ਰੇਟ ਤੇ ਤਾਂ ਮੈਂ ਕਹਿੰਦਾ ਤੁਸੀਂ ਪੂਰਾ ਦਿੱਲੀ ਵੀ ਲੱਭ ਲਓ, ਨਹੀਂ ਤਾਂ ਸਾਡੇ ਪੰਜਾਬ ਦੇ ਵਿੱਚ ਕਿਹਾ ਜਾਂਦਾ ਯਾਰ ਇਹ ਰੇਟ ਤੇ ਤਾਂ ਅਸੀਂ ਦਿੱਲੀੋਂ ਲੈ ਆਵਾਂਗੇ, ਬਿਲਕੁਲ ਜੀ, ਪਰ ਹੁਣ ਮੈਂ ਇਹ ਕਹਿੰਦਾ ਕਿ ਉਹ ਰੇਟ ਤੇ ਦਿੱਲੀ ਜਾਣ ਦੀ ਬਜਾਏ ਤੁਸੀਂ ਸਾਡੇ ਕੋਲ ਆਓ ਬਿਰਲਾ ਆਟੋਸ, ਤੁਹਾਡੇ ਆਪਣੇ ਬਿਰਲਾ ਆਟੋਸ ਦੇ ਤੁਸੀਂ ਜ਼ਰੂਰ ਇੱਕ ਵਾਰ ਵਿਜ਼ਿਟ ਕਰੋ, ਇਹ ਰੇਟ ਤੇ ਤੁਹਾਨੂੰ ਕੰਪੈਰੀਜ਼ਨ ਕਿਤੇ ਨਹੀਂ ਮਿਲੇਗਾ ਜੀ। ਸਕੋਰਪੀਓ ਇੱਕ ਦਿਖਾਈ ਸੀ, ਇੱਕ ਹੋਰ ਸਕੋਰਪੀਓ ਮੇਰੇ ਪਾਸ ਆ ਗਈ ਹੈ, ਸਰ ਸਕੋਰਪੀਓ ਦੀ ਭਰਮਾਰ ਹੈ ਜੀ, ਜਿੱਦਾਂ ਸਾਡੇ ਪੰਜਾਬ ਦੇ ਵਿੱਚ ਕੈਨੇਡਾ ਕੈਨੇਡਾ ਹੋਈ ਪਈ ਹੈ ਤੇ ਸੜਕਾਂ ਤੇ ਜਾਂ ਇੱਥੇ ਜਿਹੜੇ ਲੈਣ ਵਾਲੇ ਕਾਗ ਨੇ ਉਹ ਸਕੋਰਪੀਓ ਸਕੋਰਪੀਓ ਕਰਦੇ ਨੇ, ਸਕੋਰਪੀਓ ਫੋਰਐਵਰ ਕਾਰ ਆ, ਜਦੋਂ ਦੀ 2005-06 ਤੋਂ ਆਈ ਆ ਉਦੋਂ ਤੋਂ ਲੈ ਕੇ ਹੁਣ ਤੱਕ ਔਨ ਡਿਮਾਂਡ ਹੀ ਰਹੀ ਆ, ਡਿਮਾਂਡ ਹੀ ਰਹੀ ਆ। ਪੇਡ ਨੰਬਰ ਫਿਰ ਸੇ ਜੀ, ਫਿਰ ਤੋਂ ਪੇਡ ਨੰਬਰ ਆ ਜੀ, S10 ਵੇਰੀਐਂਟ ਆ ਜੀ, ਡੀਜ਼ਲ ਦੇ ਵਿੱਚ ਸਭ ਤੋਂ ਟਾਪ ਐਂਡ ਮਾਡਲ ਆ, 2017 ਮਾਡਲ, ਠੀਕ ਹੈ, ਫਸਟ ਓਨਰ ਕਾਰ ਆ ਜੀ, ਫੁੱਲ ਇੰਸ਼ੋਰੈਂਸ ਆ, ਪੂਰਾ ਬ੍ਰੈਂਡ ਨਿਊ ਕਾਰ ਆ, ਲੋਅਰ ਟਾਇਰ ਬ੍ਰੈਂਡ ਨਿਊ ਨੇ ਜੀ, ਬਿਲਕੁਲ, ਟਾਇਰ ਵਾਈਜ਼ ਬਹੁਤ ਨਵੀਂ ਕਾਰ ਆ, ਬੜੇ ਵਧੀਆ ਜੀਓਲੈਂਡਰ ਦੇ ਟਾਇਰਸ ਆ, ਬ੍ਰੈਂਡ ਨਿਊ ਆ, ਜੋਕੋ ਹਮਾ ਦਾ ਸਭ ਤੋਂ ਮਹਿੰਗਾ ਪ੍ਰੋਡਕਟ ਬ੍ਰੈਂਡ ਆ ਜੀ, ਬਿਲਕੁਲ ਜੀ, ਤੇ ਇਹ ਤੁਹਾਨੂੰ ਕਾਰ ਦੇ ਦਾਂਗੇ ਜੀ ਸਿਰਫ ਤੇ ਸਿਰਫ 13 ਲੱਖ ਰੁਪਏ ਦੇ ਵਿੱਚ। ਚਲੋ ਫਿਰ ਸੇ ਜੀ 13 ਲੱਖ ਮੇਂ, ਸਿਰਫ 13 ਲੱਖ ਮੇਂ 2 ਸਕਾਰਪੀਓ ਕੀ ਮਾਰ ਬਚਾਏ, 2 ਸਕਾਰਪੀਓ 13 ਲੱਖ ਦੇ ਵਿੱਚ, ਤੇ ਫੋਰਚੂਨਰ 13 ਲੱਖ ਦੇ ਵਿੱਚ, ਠੀਕ ਹੈ, ਤੇ ਆਪਣਾ ਦੂਜੀ ਵੀ ਪਜੇਰੋ ਹੈਰੀਅਰ ਹੈਰੀਅਰ ਸੌਰੀ ਹੈਰੀਅਰ ਵੀ 13 ਲੱਖ ਦੇ।